ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਪ੍ਰਵੀਨ ਕੁਮਾਰ ਸੱਭਰਵਾਲ ਇੱਕ ਇਹ ਰਿਹਾਇਸ਼ੀ ਹੈ ਤਰਨ ਤਾਰਨ ਦਾ ਨਿਊ ਦੀਪ ਐਵਨਿਊ ਦਾ। ਇਹ ਆਪਣੇ ਆਪ ਨੂੰ ਕੋਈ IPS ਅਫਸਰ ਦੱਸ ਕੇ ਡਿਫੈਂਸ ਅਫਸਰ MHA ਦੱਸ ਕੇ ਲੋਕਾਂ ਨੂੰ ਪ੍ਰਮੋਸ਼ਨ ਦਾ ਜਾਂ ਉਹਨਾਂ ਨੂੰ ਕੋਈ ਨੌਕਰੀ ਦਾ ਝਾਂਸਾ ਦੇ ਕੇ ਲੋਕਾਂ ਤੋਂ ਠੱਗੀ ਠੋਰੀ ਦਾ ਕੰਮ ਕਰਦਾ ਸੀ। ਇੰਸਟੈਂਟ ਕੇਸ ਜਿਹੜਾ ਹੈ ਉਹ ਸਰਵਣ ਸਿੰਘ ਇੱਕ ਸਾਡਾ ਮੁਲਾਜ਼ਮ ਹੈ ਜਿਸ ਦੇ ਨਾਲ ਇਹਨੇ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਐਕਸਟੋਰਸ਼ਨ ਵੀ ਕੀਤਾ। ਉਸਨੂੰ ਇਸਨੇ ਧਮਕੀ ਦੇ ਕੇ ਐਕਸਟੋਰਸ਼ਨ ਕੀਤਾ 15,000 ਰੁਪਏ ਦਾ ਅਤੇ ਉਸਨੂੰ ਪ੍ਰਮੋਸ਼ਨ ਦਾ ਲਾਰਾ ਦੇ ਕੇ ਝਾਂਸਾ ਦੇ ਕੇ ਉਸਨੂੰ ਡੇਢ ਲੱਖ ਰੁਪਈਆ ਇਸਦੇ ਅਕਾਊਂਟ ਵਿੱਚ ਪਾਉਣ ਦਾ ਲਾਰਾ ਵੀ ਦਿੱਤਾ ਅਤੇ ਬਾਅਦ 'ਚ ਉਹਨੂੰ ਧਮਕੀ ਦਿੱਤੀ। ਇੰਸਟੈਂਟ ਕੇਸ ਦੇ ਵਿੱਚ ਜਦੋਂ ਇਹ ਗੱਲ ਸੀਨੀਅਰ ਅਫਸਰਸ ਕੋਲ ਪਹੁੰਚੀ ਤਾਂ ਉਹਨਾਂ ਨੇ ਇਸ ਕੇਸ ਨੂੰ ਸੀਰੀਅਸਲੀ ਲਿਆ ਅਤੇ ਜਦੋਂ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਗਈ, ਤਫਤੀਸ਼ ਕੀਤੀ ਗਈ, ਇਹ ਜਿਹੜਾ ਪ੍ਰਵੀਨ ਕੁਮਾਰ ਸੱਭਰਵਾਲ ਜੋ ਆਪਣੇ ਆਪ ਨੂੰ IPS ਅਫਸਰ ਮਹਾਰਾਸ਼ਟਰ ਕੈਡਰ 93 ਬੈਚ ਦੱਸਦਾ ਸੀ, ਇਹ ਬਹੁਤ ਵੱਡਾ ਠੱਗ ਨਿਕਲਿਆ। ਇਹ ਪ੍ਰਵੀਨ ਕੁਮਾਰ ਸੱਭਰਵਾਲ ਜੋ ਕਿ ਆਪਣੇ ਆਪ ਨੂੰ ਪ੍ਰਵੀਨ ਅਸ਼ਵਿਨ ਕੁਮਾਰ ਦੱਸਦਾ ਹੈ ਅਤੇ IPS ਅਫਸਰ ਦੱਸਦਾ ਹੈ, ਇਹ ਤਰਨ ਤਾਰਨ ਦਾ ਰਿਹਾਇਸ਼ੀ ਹੈ। ਇਸਨੇ ਅੰਮ੍ਰਿਤਸਰ ਵਿੱਚ ਬਹੁਤ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ। ਇਸਦਾ ਕ੍ਰਿਮੀਨਲ ਰਿਕਾਰਡ ਦੇਖੀਏ ਤਾਂ ਇਸਦੇ ਖਿਲਾਫ਼ ਕਰੀਬਨ 19 ਮੁਕੱਦਮੇ ਦਰਜ ਨੇ ਅਤੇ ਵੱਖੋ ਵੱਖਰੇ ਜਿਹੜੇ ਥਾਣਿਆਂ ਵਿੱਚ ਦਰਜ ਮੁਕੱਦਮੇ ਵਿੱਚ ਇਹ ਘੱਟੋ ਘੱਟ 3 ਮੁਕੱਦਮਿਆਂ ਵਿੱਚ ਇਹ PO ਹੈ, ਪੁਲਿਸ ਦਾ PO ਹੈ। ਇਸ ਤੋਂ ਮੁੱਢਲੀ ਤਫਤੀਸ਼ ਕੀਤੀ ਗਈ ਹੈ, ਕਈ ਚੀਜ਼ਾਂ ਸਾਹਮਣੇ ਆਈਆਂ ਨੇ। ਖਾਸ ਕਰ ਮੁਲਾਜ਼ਮਾਂ ਨਾਲ ਇਹਨੇ ਕਾਫ਼ੀ ਠੱਗੀਆਂ ਮਾਰੀਆਂ ਨੇ ਜਿਸਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਸੀ ਕਿ ਠੱਗੀ ਠੋਰੀ ਕਰਦਾ ਸਾਡੇ ਮੁਲਾਜ਼ਮ? ਹਾਂਜੀ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇਹ ਇੰਸਟੈਂਟ ਕੇਸ ਦੇ ਵਿੱਚ ਜਿਹੜਾ ਮੁਲਾਜ਼ਮ ਹੈ ਉਸ ਤੋਂ ਇਹਨੇ ਕਰੀਬਨ 15,000 ਰੁਪਏ ਦੀ ਐਕਸਟੋਰਸ਼ਨ ਕਰਾਈ। ਜਦੋਂ ਉਸ ਮੁਲਾਜ਼ਮ ਨੇ ਇਹ ਗੱਲ ਜਿਹੜੀ ਹੈ ਸੀਨੀਅਰ ਅਫਸਰਸ ਦੇ ਧਿਆਨ ਦੇ ਵਿੱਚ ਲਿਆਏ, ਕਿਉਂਕਿ ਉਸ ਤੋਂ ਦੁਬਾਰਾ ਇਹ 1.5 ਲੱਖ ਉਸ ਤੋਂ ਮੰਗੇ ਗਏ ਕਿ ਉਸਦੀ ਪ੍ਰਮੋਸ਼ਨ ਕਰਵਾਏਗਾ ਇਹ, ਅਤੇ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਉਸਨੇ ਇਹ ਗੱਲ ਜਿਹੜੀ ਸੀਨੀਅਰ ਅਫਸਰ ਦੇ ਧਿਆਨ ਵਿੱਚ ਲਿਆਈ ਅਤੇ ਉਸ ਗੱਲ ਦੇ ਧਿਆਨ ਵਿੱਚ ਲਿਆ ਕੇ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਹੈ, ਇਹ ਅਲੱਗ ਅਲੱਗ ਸੀਨੀਅਰ ਅਫਸਰਾਂ ਨੂੰ ਗਾਹੇ ਬਗਾਹੇ ਫੋਨ ਕਰਕੇ ਕੋਈ ਨਾ ਕੋਈ ਛੋਟਾ ਮੋਟਾ ਕੰਮ ਕਹਿੰਦਾ ਰਹਿੰਦਾ ਸੀ ਅਤੇ ਰੂਟੀਨ ਵਿੱਚ ਕਈ ਵਾਰ ਇੱਦਾਂ ਵੀ ਹੁੰਦਾ ਹੈ ਕਿ ਕੋਈ ਜ਼ਿਆਦਾ ਅਫਸਰ ਧਿਆਨ ਨਹੀਂ ਦਿੰਦੇ ਕਿ ਹਾਂ MHA ਤੋਂ ਕੋਈ ਇਹ ਸੀਨੀਅਰ ਅਫਸਰ ਬੋਲ ਰਿਹਾ, ਛੋਟਾ ਮੋਟਾ ਕੋਈ ਆ ਰਿਹਾ ਅਟੈਂਡ ਕਰਨਾ, ਇੱਦਾਂ ਦੀ ਕੋਈ ਗੱਲ ਹੋ ਜਾਂਦੀ ਸੀ। ਨਹੀਂ, ਜੋ ਕਿ ਇਸਦੀ ਜਿਹੜੀ ਹਿਸਟਰੀ ਹੈ ਜੇ ਆਪਾਂ ਉਹ ਵੇਖੀਏ ਤਾਂ ਇਹ ਇਕੱਲਾ ਹੀ ਹੈ ਅਤੇ 18-19 ਦੇ ਕਰੀਬ ਜਿਹੜੇ ਹੈ ਇਹ 420 ਦੇ ਕਰੀਬਨ ਸਾਰੇ ਦੇ ਸਾਰੇ 420 ਦੇ ਮੁਕੱਦਮੇ ਇਹਦੇ ਖਿਲਾਫ਼ ਦਰਜ। ਇਹ ਆਪ ਹੀ ਇਕੱਲਾ ਹੀ ਕੰਮ ਕਰਦਾ ਹੈ, ਇਸਦਾ ਸਾਰਾ ਦਾ ਸਾਰਾ ਜਿਹੜਾ ਹੈ ਕੰਮ ਹੈ ਠੱਗੀ ਠੋਰੀ ਦਾ ਹੀ ਹੈ। ਕਿੰਨੀ ਕੁ ਵਾਰੀ ਫੜਿਆ ਗਿਆ ਅਤੇ ਕਿੰਨੇ ਕੁ ਪੈਸੇ? ਇਹ ਅਮਾਊਂਟ ਜਿਹੜਾ ਹੈ ਕੈਲਕੂਲੇਟ ਕਰਨਾ ਅਜੇ ਤਫਤੀਸ਼ ਦੇ ਵਿੱਚ ਜਾਰੀ ਹੈ ਵੀ ਕਿੰਨਾ ਕੁ ਮਾਰਿਆ, ਜੋ ਕਿ ਸਾਨੂੰ ਮੁੱਢਲੀ ਤਫਤੀਸ਼ ਤੋਂ ਪਤਾ ਚੱਲਿਆ ਕਿ ਇਸਨੇ ਲੋਕਾਂ ਨੂੰ ਪੈਟਰੋਲ ਪੰਪ ਵੀ ਦਵਾਏ ਨੇ ਜਾਲੀ, ਅਤੇ ਜਾਲੀ ਆਪਣੇ ਕਾਗਜ਼ ਬਣਾ ਕੇ ਆਪਣੇ ਆਪ ਨੂੰ ਅਫਸਰ ਦਿਖਾ ਕੇ FCA ਦਾ ਡਾਇਰੈਕਟਰ ਵੀ ਬਣਿਆ ਰਿਹਾ ਹੈ ਪਿੱਛੇ ਜੇ ਕਾਫ਼ੀ ਸਾਲ ਹੋਏ, ਅਤੇ ਕਈ ਕੇਸਾਂ ਦੇ ਵਿੱਚ ਇਹ ਕੰਪਰੋਮਾਈਜ਼ ਇਹਨੇ ਕਰ ਲਿਆ, ਬਰੀ ਵੀ ਹੋਇਆ, 3 ਕੇਸਾਂ ਦੇ ਵਿੱਚ ਇਹ PO ਹੈ। ਹਾਂਜੀ, ਇਹ ਸਾਰੇ ਦੇ ਸਾਰੇ ਠੱਗੀ ਠੋਰੀ ਦੇ ਕੇਸ। ਇੱਕ ਜਿਹੜਾ ਹੈਗਾ ਮੋਟਾ ਕੇਸ ਜਿਹੜਾ ਹੈ ਸਾਡੇ ਸਾਹਮਣੇ ਧਿਆਨ 'ਚ ਇੱਕ ਆਇਆ ਹੈ, ਉਹ 1.2 ਕਰੋੜ ਦੇ ਕਰੀਬ ਦਾ ਹੈ,
ਜਿਸ ਵਿੱਚ ਇਹਨੇ ਜਾਅਲੀ ਕਾਗਜ਼ ਵਗੈਰਾ ਬਣਾ ਕੇ ਪ੍ਰੋਪਰਟੀ ਖਰੀਦੀ। ਅਤੇ ਜੇ ਆਪਾਂ ਇਸਦੀ ਪਰਿਵਾਰਕ ਇਹਦਾ ਪਿਛੋਕੜ ਦੇਖੀਏ ਤਾਂ ਹੁਣ ਜਿਹੜਾ ਇਹ ਦੇਖੀਏ ਇਹਦੀ ਮੈਰੀਟਲ ਲਾਈਫ ਦੀ ਗੱਲ ਕਰੀਏ ਤਾਂ ਇਹਦਾ ਚੌਥਾ ਵਿਆਹ ਹੈ, ਦੋ ਵਾਈਫ ਇਹਦੀਆਂ ਛੱਡ ਚੁੱਕੀਆਂ ਨੇ, ਇੱਕ ਦੇ ਨਾਲ ਇਹਦਾ ਰੌਲਾ ਹੈ, ਬੱਚਿਆਂ ਨਾਲ ਵੀ ਰੌਲਾ ਹੈ, ਹੁਣ ਇਹ ਇਸਦੇ ਜਿਹੜਾ ਹੈਗਾ ਇਹ ਤਰਨ ਤਾਰਨ ਆਪਣੀ ਚੌਥੀ ਵਾਈਫ ਦੇ ਨਾਲ ਉੱਥੇ ਰਹਿ ਰਿਹਾ।